सोना सिंह ते मोना सिंह। मेरा नाम सोना सिंह है, मेरा नाम मोना सिंह है। हम कोई अलग किस्म के इंसान नहीं है, हम सेम टू सेम है। 10th तक पंजाब स्कूल एजुकेशन बोर्ड जेड़ा अपने पिंगलवाड़े संस्था दे विच ही स्कूल है, भगतपुरम से गदर से इस कंडीशन। उस तो 10th तक ही मैट्रिक्स पढ़े हैं। इलेक्ट्रिकल की ट्रेनिंग हमने आईटी की थी और उसके बाद हमने 220 केवी भरपाल सब स्टेशन इलेक्ट्रिकल बोर्ड उसमें ट्रेनिंग की थी। उस तो बाद पंजाब सरकार नु अपील की थी जॉब वास्ते। ਸਾਰੇ ਸਟਾਫ ਵੱਲ ਬਹੁਤ ਚੰਗਾ ਬਹੁਤ ਵਧੀਆ ਸਟਾਫ ਮਿਲਿਆ ਅਤੇ ਸਟਾਫ ਦੇ ਅੰਦਰ ਸੁਪਨੇ ਸੋਚਿਆ ਨਹੀਂ ਕਿ ਇਹੋ ਜਿਹਾ ਸਟਾਫ ਹੀ ਤੁਹਾਨੂੰ ਮਿਲੂਗਾ। ਅਤੇ ਕੰਮ ਤੋਂ ਐਸਾ ਹੈ ਕਿ ਵਹਾਂ ਪਰ ਬੈਠ ਕਰ ਹਮਨੇ ਸੁਪਰਵਿਜ਼ਨ ਕਰਨੀ ਹੋਤੀ ਹੈ, ਲੋਗ ਸ਼ੀਟ ਵਰਨੀ ਹੈ ਅਤੇ ਔਰ ਬ੍ਰੇਕਰ ਚਲਾਉਣਾ ਹੈ, ਸਰਕਟ ਬ੍ਰੇਕਰ ਲੱਗੇ ਹੋਤੇ ਹੈ ਵਹਾਂ ਪਰ। ਠੀਕ ਹੈ, ਬਹੁਤ ਅੱਛਾ ਲੱਗ ਰਿਹਾ ਹੈ। ਜਦੋਂ ਪੈਦਾ ਹੋਏ ਇਹ 2 ਮਹੀਨੇ ਬਾਅਦ ਸਾਡੇ ਕੋਲ, 6 ਮਹੀਨੇ ਦੇ ਸੀ ਉਮਰ ਜਦੋਂ ਸਾਡੇ ਕੋਲ ਪਹੁੰਚ ਗਏ ਅਤੇ ਉਸ ਤੋਂ ਬਾਅਦ ਇਹਨਾਂ ਨੂੰ ਪਾਲਣਾ, ਇਹਨਾਂ ਨੂੰ ਸੰਭਾਲਣਾ। ਏਮਸ ਦੇ ਵਿੱਚ ਸੀਗੇ ਦਾਖਲ ਅਤੇ ਉੱਥੋਂ ਦੇ ਜਿਹੜਾ ਉਹਨੇ ਰੂਲਸ ਬਣਾਏ ਸੀ ਉਹਦੇ ਮੁਤਾਬਕ ਇਹਨਾਂ ਨੂੰ ਸਾਂਭਣਾ। ਬਹੁਤ ਸਾਰੀਆਂ ਸੰਸਥਾਵਾਂ ਲੈਣ ਆਈਆਂ ਸੀਗੀਆਂ, ਉਦੋਂ ਸਰਕਸ ਵਾਲੇ ਵੀ ਗਏ ਹੋਣਗੇ, ਪਰ ਫਿਰ ਉਹਨਾਂ ਨੇ ਏਮਸ ਵਾਲਿਆਂ ਨੇ ਪਿੰਗਲਾ ਸੰਸਥਾ ਨੂੰ ਹੀ ਚੁਣਿਆ ਹੈਗਾ। ਜਦੋਂ ਵੱਡੇ ਹੋ ਗਏ ਤਾਂ ਇਸ ਕਮਰੇ 'ਚੋਂ ਫਿਰ ਹੋਸਟਲ 'ਚ ਭੇਜ ਦਿੱਤਾ, ਫਿਰ ਇਹ ਆਪਣੇ ਬਾਕੀ ਸਾਥੀਆਂ ਨਾਲ ਇੰਟਰੈਕਟ ਕਰਨ ਲੱਗੇ। ਇਹਨਾਂ ਦੀ ਸੋਚ ਥੋੜ੍ਹੀ ਜਿਹੀ ਵਧੀਆ ਹੋਈ, ਇਹ ਮੈਂਟਲੀ ਬਹੁਤ ਜ਼ਿਆਦਾ ਐਕਟਿਵ ਨੇ। ਮੈਂ ਦੇਖਿਆ ਇਹਨਾਂ ਦਾ ਬਿਜਲੀ 'ਚ ਇੰਟਰਸਟ ਆ, ਫਿਰ ਮੈਂ ਕਿਹਾ ਵੀ ਇਹਨਾਂ ਨੂੰ ਡਿਪਲੋਮਾ 'ਚ ITI ਕਾਲਜ 'ਚ ਦਾਖਲ ਕਰਾ ਦਿੱਤਾ। ਬਿਜਲੀ ਮਹਿਕਮੇ 'ਚੋਂ ਆਪੇ ਗੱਲ ਕਰ ਰਹੇ ਚੀਫ ਇੰਜੀਨੀਅਰ ਨਾਲ, ਮਤਲਬ ਇੰਨਾ ਇਹਨਾਂ 'ਚ ਹੌਸਲਾ ਵੱਧ ਗਿਆ, ਹੁਣ ਕਿਸੇ ਨਾਲ ਵੀ ਗੱਲ ਕਰ ਸਕਦੇ ਆ। ਸਰਕਾਰ ਨੂੰ ਵੀ ਇਹੀ ਹੈ ਕਿ ਸਰਕਾਰ ਸਾਰਿਆਂ ਨੂੰ ਨੌਕਰੀਆਂ ਦੇਵੇ।